सोना सोना पालो उड़ा गोदी विच खिड़ालो उड़ा बीज लवो ते वालो उड़ा भुख लगे ता खालो उड़ा। सब दा सांझा मिलके पूरे करिए ख्वाब अपने हाथों विच पंजाब अखर इनकलाब दे सदका अखर इनकलाब दे सदका अनपढ़ता नाल लड़ो पंजाब। सोना सोना पालो उड़ा गोदी विच खिड़ालो उड़ा बीज लवो ते वालो उड़ा भुख लगे ता खालो उड़ा। पढ़ो पंजाब ता सब दा सांझा मिलके पूरे करिए ख्वाब अपने हाथों विच पंजाब अखर इनकलाब दे सदका अखर इनकलाब दे सदका अनपढ़ता नाल लड़ो पंजाब। पढ़ो पंजाब पढ़ो पंजाब पढ़ो पंजाब पौड़ी पौड़ी चढ़ो पंजाब पढ़ो पंजाब पढ़ो पंजाब। टप्पा मार चड़प्पा अड्डी टप्पा मार चड़प्पा अड्डी टप्पा मार चड़प्पा बेशक बैरी चुप दे कंडे खेड़ा विच भी कट दो झंडे आजा कोटी पाले पीपा कोटी 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 आजा कोटी पाले पीपा लम्मी छाल लगा ले पीपा सोन चांदी दे मेडल जित के सोन चांदी दे मेडल जित के शीशियां दे विच जड़ो पंजाब। पढ़ो पंजाब पढ़ो पंजाब जाओ लिख दे जाओ नमिया गल्ला सिख दे जाओ मुश्किल मूरे अड़ जाना है सूरज बनके चढ़ जाना है सूरज बनके चढ़ जाना है। मोड़ियां दे विच पालो बस्ते मोड़ियां दे विच पालो बस्ते हाथ विच कलमा पढ़ो पंजाब पढ़ो पंजाब।
ਪੜੋ ਪੰਜਾਬ ਪੜੋ ਪੰਜਾਬ ਪੌੜੀ ਪੌੜੀ ਚੜੋ ਪੰਜਾਬ ਪੜੋ ਪੰਜਾਬ ਪੜੋ ਪੰਜਾਬ ਪੌੜੀ ਪੌੜੀ ਚੜੋ ਪੰਜਾਬ ਪੜੋ ਪੰਜਾਬ ਪੜੋ ਪੰਜਾਬ cool down and it come back in the form of rain
and it goes back into the water bodies again. This process remains again and again. It's called water cycle. Thank you. Thank you.
1857 ਦੀ ਲੜਾਈ, ਠੀਕ ਹੈ, ਪਹਿਲੀ ਆਜ਼ਾਦੀ ਦੀ ਪਹਿਲੀ ਲੜਾਈ ਵੀ ਕਿਹਾ ਜਾਂਦਾ। ਸਭ ਤੋਂ ਪਹਿਲਾਂ ਸ਼ਹੀਦ ਕੌਣ ਸੀ ਨਾ ਆਇਆ 1857 ਦੀ ਲੜਾਈ ਦਾ? ਮੰਗਲ ਪਾਂਡੇ, ਬਿਲਕੁਲ ਠੀਕ ਹੈ, ਸ਼ਾਬਾਸ਼। ਮੰਗਲ ਪਾਂਡੇ ਪਹਿਲਾ ਸ਼ਹੀਦ ਸੀ ਜਿਸ ਤੋਂ ਇਹ ਲੜਾਈ ਸ਼ੁਰੂ ਹੋਈ, ਸ਼ਾਬਾਸ਼, ਵੈਲ ਡਨ। ਕੰਟੀਨੈਂਟ ਬਣ ਗਏ ਹੈਗੇ, ਠੀਕ ਹੈ, ਦੋ ਭਾਗਾਂ 'ਚ ਵੰਡਿਆ ਵਾ, ਮੈਪ ਚੰਗੀ ਤਰ੍ਹਾਂ ਚੈੱਕ ਕਰੋ, ਕਪੂਰਥਲਾ ਦੋ ਭਾਗਾਂ 'ਚ ਵੰਡਿਆ ਵਾ। ਬੱਚੇ ਨੂੰ ਵੀ ਮੈਂ ਪਹਿਲਾਂ CBSE 'ਚ ਪੜ੍ਹਾਉਂਦੀ ਸੀਗੀ ਅਤੇ
ਨਹੀਂ ਮਿਲਿਆ, ਕਦੀ ਮੈਂ ਮਾਡਲ ਐਵੇਂ ਦੇ ਨਹੀਂ ਵੇਖੇ ਉਹ ਸਕੂਲਾਂ ਦੇ ਵਿੱਚ, ਅਤੇ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਮਾਡਲ ਬਹੁਤ ਸੋਹਣੇ ਬੱਚਿਆਂ ਨੇ ਬਣਾਏ ਨੇ, ਦਿਲ ਖੁਸ਼ ਹੋ ਗਿਆ ਦੇਖ ਕੇ ਸਾਰੇ ਬੱਚਿਆਂ ਦੇ ਮਾਡਲ, ਅਤੇ ਟੀਚਰਾਂ ਨੇ ਬਹੁਤ ਵਧੀਆ ਬੱਚਿਆਂ ਨੂੰ ਗਾਈਡ ਕੀਤਾ ਹੋਇਆ ਅਤੇ ਬਹੁਤ ਪਿਆਰ ਨਾਲ ਬੱਚਿਆਂ ਨੂੰ ਕੰਮ ਕਰਵਾਉਂਦੇ ਨੇ ਸਾਰੇ, ਅਤੇ ਸਭ ਵਧੀਆ ਸਾਰਾ ਕੁਛ, ਅਤੇ ਅਸੀਂ ਵੀ ਪੜ੍ਹੇ ਹਾਂ ਬਟ ਅਸੀਂ ਵੀ ਇਹੋ ਜਿਹੇ ਮਾਡਲ ਵਗੈਰਾ ਨਾ ਬਣਾਏ ਨੇ ਨਾ ਅਸੀਂ ਦੇਖੇ ਨੇ, ਅਤੇ ਸਾਨੂੰ ਬਹੁਤ ਸੋਹਣਾ ਲੱਗਿਆ ਬੱਚਿਆਂ ਨੇ, ਬਹੁਤ ਵੈਰੀ ਵੈਰੀ ਹੈਪੀ ਸਾਰੇ ਬੱਚਿਆਂ ਦੇ ਵਿੱਚ, ਮੈਂ ਬਹੁਤ ਖੁਸ਼ ਹਾਂ ਔਰ ਸਾਰੇ ਟੀਚਰਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਵੀ ਬਹੁਤ ਬੱਚਿਆਂ ਨੂੰ ਪਿਆਰ ਨਾਲ ਪੜ੍ਹਾਉਂਦੇ ਨੇ ਅਤੇ ਐਕਟੀਵਿਟੀ ਬਹੁਤ ਵਧੀਆ ਢੰਗ ਨਾਲ ਸਾਰਿਆਂ ਨੂੰ ਸਿਖਾਉਂਦੇ ਨੇ ਬੱਚਿਆਂ ਨੂੰ, ਅਤੇ ਮੈਂ ਸਾਰੇ ਟੀਚਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਔਰ ਸਾਰੇ ਬੱਚਿਆਂ ਨੂੰ ਵੈਰੀ ਵੈਰੀ ਹੈਪੀ ਦੈਨ ਥੈਂਕ ਯੂ। ਅੱਜ ਐਜੂਕੇਸ਼ਨ ਇਕੱਤਰ ਪੰਜਾਬ ਦੇ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਪਰਮਜੀਤ ਕੌਰ ਸਿੱਧੂ ਦੀ ਹਦਾਇਤ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰਾਇਣਗੜ੍ਹ ਵਿਖੇ SST ਐਕਟੀਵਿਟੀ ਫੇਅਰ ਦਾ ਆਯੋਜਨ ਕੀਤਾ ਗਿਆ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ SSC ਦੇ ਚੇਅਰਮੈਨ, ਮੈਂਬਰ ਸਾਹਿਬਾਨ, ਸਰਪੰਚ ਸਾਹਿਬ, ਮਾਪੇ ਅਤੇ ਸਾਰਿਆਂ ਨੇ ਇਹਦੇ ਵਿੱਚ ਪਾਰਟੀਸਪੇਟ ਕਰ ਰਹੇ ਆ ਆ ਰਹੇ ਨੇ। 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਨੇ ਆਪਣੇ ਸਮਾਜਿਕ ਸਿੱਖਿਆ ਅਧਿਆਪਕਾਂ ਦੀ ਨਿਰਦੇਸ਼ਨ ਹੇਠ ਬਹੁਤ ਹੀ ਚੰਗੇ ਮਾਡਲ ਚਾਰਟ ਬਣਾਏ ਨੇ, ਜਿਨ੍ਹਾਂ ਨੂੰ ਦੇਖ ਕੇ ਮਨ ਬੜਾ ਖੁਸ਼ ਹੋਇਆ। ਅਤੇ ਅਜਿਹੇ ਮੇਲੇ ਜਿਹੜੇ ਹੈਗੇ ਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਨਿਰੰਤਰ ਲਗਾਏ ਜਾ ਰਹੇ ਨੇ, ਅਤੇ ਸਾਡੇ ਅਧਿਆਪਕ ਜਿਹੜੇ ਨੇ ਬੜੇ ਮਿਹਨਤੀ ਨੇ ਅਤੇ ਵਿਦਿਆਰਥੀਆਂ ਨੂੰ ਪੂਰੇ ਸੇਧ ਦੇ ਰਹੇ ਨੇ। ਆਪਣਾ SMC ਕਮੇਟੀ, ਪੰਚਾਇਤ ਇਹ ਸਾਨੂੰ ਪੂਰਾ ਸਹਿਯੋਗ ਦੇ ਰਹੀ ਹੈ, ਇਹਨਾਂ ਸਭ ਦੇ ਸਹਿਯੋਗ ਦੇ ਨਾਲ, ਮਾਪਿਆਂ ਦੇ ਸਹਿਯੋਗ ਦੇ ਨਾਲ ਨਿਰੰਤਰ ਇਹ ਮੇਲੇ ਲਗਾਏ ਜਾਂਦੇ ਰਹੇ ਨੇ, ਲਗਾਏ ਜਾਂਦੇ ਰਹਿਣਗੇ। ਅਤੇ ਮੈਂ ਆਪਣੇ ਵੱਲੋਂ ਅਧਿਆਪਕਾਂ ਨੂੰ ਵਧਾਈ ਵੀ ਦਿੰਦਾ ਹੈ, ਧੰਨਵਾਦ ਵੀ ਕਰਦਾ ਹਾਂ, ਅਤੇ ਵਿਦਿਆਰਥੀ ਵੀ ਸਾਰੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਮਾਡਲ ਬਣਾਏ ਨੇ, ਚਾਰਟ ਬਣਾਏ ਨੇ। ਇਹਦੇ ਨਾਲ ਉਹਨਾਂ ਦੇ ਮਾਪਿਆਂ ਦਾ ਵੀ ਨਾਮ ਰੋਸ਼ਨ ਹੋਇਆ ਹੈ ਅਤੇ ਨਾਲ ਦੀ ਨਾਲ ਅਧਿਆਪਕਾਂ ਦਾ ਵੀ ਨਾਮ ਰੋਸ਼ਨ ਹੋਇਆ ਹੈ ਅਤੇ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਹੋਇਆ ਹੈ। ਇਸ ਤਰ੍ਹਾਂ ਦੇ ਨਾਲ ਕਰਕੇ ਆਪਣਾ ਸਿੱਖਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਪੂਰਨ ਹੁੰਦੀ ਹੈ, ਬੱਚਿਆਂ ਦੇ ਨਾਲ ਚਿਰ ਸਥਾਈ ਹੁੰਦੀ ਹੈ। ਸਾਰਾ ਕੁਛ ਇਹਨਾਂ ਨੂੰ SST ਦਾ ਜਿਹੜਾ ਹੈ ਮਾਡਲਾਂ ਰਾਹੀਂ ਪ੍ਰਦਰਸ਼ਨ ਹੋਣ ਕਰਕੇ ਸਿੱਖਣ ਨੂੰ ਮਿਲਿਆ ਹੈ ਅਤੇ ਇਹਨਾਂ ਦੇ ਆਉਣ ਵਾਲੇ ਨਤੀਜਿਆਂ 'ਤੇ ਵੀ ਅਸਰ ਪਾਊਗਾ। ਅਤੇ ਮੈਂ ਇੱਕ ਵਾਰ ਫਿਰ ਆਪਣੇ ਸਮੂਹ ਸਟਾਫ ਮੈਂਬਰਸ ਦਾ, ਅਧਿਆਪਕਾਂ ਦਾ ਅਤੇ ਇਹਨਾਂ ਦਾ ਧੰਨਵਾਦ ਕਰਦਾ ਹਾਂ, SMC ਕਮੇਟੀ ਦਾ, ਚੇਅਰਮੈਨ ਸਾਹਿਬ ਦਾ ਅਤੇ ਪੰਚਾਇਤ ਦਾ, ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਅਤੇ ਮਾਪਿਆਂ ਦਾ ਵੀ ਧੰਨਵਾਦ ਕਰਦਾ ਹਾਂ ਵੀ ਜਿਨ੍ਹਾਂ ਨੇ ਪੂਰਨ ਸਹਿਯੋਗ ਦਿੱਤਾ ਹੈ। ਥੈਂਕ ਯੂ ਵੈਰੀ ਮੱਚ।